ਸੋਭਾ ਦੂਸਰਾ ਸੂਈ ਮਾਸ਼ਾਅੱਲਾ ਜੀ ਤੇ ਆ ਚੈੱਕ ਕਰੋ ਜਿਹੜਾ ਕੰਮ ਥੱਲੇ ਕਰ ਗਈ ਹੈ ਉਹ ਜਰਾ ਦੋਸਤਾਂ ਵੇਖਣਾ ਲੰਮੀ ਢੋਰੇ ਦਾ ਰੱਖਣ ਦੀ ਨੀਅਤ ਕੀਤੀ ਹੈ ਜੇ ਮੇਰੇ ਭਰਾ ਕੋਲ ਨਾ ਗਈ ਚੌਰੀ ਆਰ ਸਾਹਿਬ ਕੋਲ ਤੇ ਵੱਛੀ ਦੇ ਫਿਰ ਸਾਡੀ ਹੀ ਹੋਣੀ ਹੈ ਵੱਜੀ ਅਸੀਂ ਮੋਨੀ ਕਰਾ ਖੜੀ ਹੈ ਹੋਰ ਕਿਸੇ ਭਰਾ ਦੋਸਤ ਨਾਲ ਉਹਨੂੰ ਪਸੰਦ ਆਏ ਉਹ ਵੀ ਸੌਦਾ ਕਰ ਲਏ ਤੇ ਵੱਛੀ ਤੇ ਸੌਦਾ ਕਰ ਕੇ ਮੈਨੂੰ ਦੇ ਦਿੰਦਾ ਮੈਨੂੰ ਦੇ ਸਕਦਾ ਵੱਛੀ ਰੱਖ ਲਾਂਗਾ ਵੱਛੀ ਮੈਂ ਪਰਸੋਂ ਦੀ ਮੋਨੀ ਕਰਾ ਰਹਾ ਕੱਲ ਦੀ ਕਰਾ ਇਹ ਜਿਹੜੀ ਪਿੱਛੇ ਵੱਛੀ ਉਹ ਮੋਨੀ ਕਰਾਈ ਹੈ ਸਜਣੋ ਤੇ ਬੇਲੀਓ ਉਮੀਦ ਕਰਨਾ ਕੇ ਸਾਰੇ ਦੋਸਤ ਅਹਬਾਬ ਅੱਲਾ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ ਅੱਜ ਦਿਨ ਚ ਜੁਮੇਰਾਤ ਦਾ ਤੇ ਇਸ ਟਾਈਮ ਫਾਹਰੇ ਸਿਆਲਕੋਟ ਸਿਆਲਕੋਟ ਦੇ ਬ੍ਰੈਂਡ ਵਪਾਰੀ ਤੇ ਸ਼ੇਰੇ ਪੰਜਾਬ ਆਸਮ ਡੋਗਰ ਸਾਹਿਬ ਦੇ ਡੇਰੇ ਤੇ ਮੌਜੂਦ ਆ ਤੇ ਮਾਸ਼ਾਅੱਲਾ ਜੀ ਡੋਗਰ ਸਾਹਿਬ ਹਮੇਸ਼ਾ ਦੀ ਤਰ੍ਹਾਂ ਮਿਹਨਤ ਕਰਕੇ ਦੋਸਤਾਂ ਵਾਸਤੇ 6 ਖੂਬਸੂਰਤ ਅਸਲੀ ਤੇ ਨਸਲੀ ਸ਼ੌਕੀਆ ਜਾਨਵਰ ਲੈ ਕੇ ਆਏ ਨੇ ਜਿਨ੍ਹਾਂ 'ਚ ਮਾਸ਼ਾਅੱਲਾ ਜੀ 30-32 ਕਿਲੋ ਦੁੱਧ ਵਾਲੇ ਜਾਨਵਰ ਵੀ ਮੌਜੂਦ ਨੇ ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਉਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨੇ ਆ ਡੋਗਰ ਸਾਹਿਬ ਆਓ ਜੀ ਸਾਹਮਣੇ ਜੀ ਅਸਲਾਮੁ ਅਲੈਕੁਮ ਅੱਲਾ ਪਾਕ ਦਾ ਬੜਾ ਸ਼ੁਕਰ ਉਹਦੀ ਜ਼ਾਤ ਦਾ ਬੜਾ ਕਰਮ ਹੈ ਡੋਗਰ ਸਾਹਿਬ ਤੁਸੀਂ ਸੁਣਾਓ ਠੀਕ ਹੋ ਸਭ ਹੈਰੀਏ ਤੇ ਸ਼ੁਕਰ ਅਲਹਮਦੁਲਿਲਾ ਦੁਆ ਜੇ ਤੁਹਾਡੀ ਉਮੀਦ ਕਰਨੇ ਆ ਸਾਰੇ ਦੋਸਤ ਸਾਹਿਬ ਖੈਰ ਖਰੀਅਤ ਨਾਲ ਹੋਣਗੇ ਤੇ ਦੋਸਤਾਂ ਨੂੰ ਵੀਡੀਓ ਵੀ ਸਾਡੀ ਪਸੰਦ ਆਉਂਦੀ ਹੈ ਸ਼ੌਕ ਕਰਵਾਉਂਦੇ ਉਹ ਵੀ ਪਸੰਦ ਆਉਂਦਾ ਜਾਨਵਰ ਵੀ ਪਸੰਦ ਆਉਂਦੇ ਨੇ ਅਤੇ ਇੰਨੀ ਮੁਹੱਬਤ ਦੋਸਤ ਕਰਦੇ ਨੇ ਵੀਡੀਓ ਨੂੰ ਸ਼ੇਅਰ ਕਰਦੇ ਨੇ ਲਾਈਕ ਕਰਦੇ ਨੇ ਕਮੈਂਟ ਕਰਦੇ ਨੇ ਉਹਨਾਂ ਸਾਰਿਆਂ ਭਰਾਵਾਂ ਦੋਸਤਾਂ ਦਾ ਸ਼ੁਕਰੀਆ ਉਹਨਾਂ ਦੀ ਮੁਹੱਬਤ ਦਾ ਸ਼ੁਕਰੀਆ ਅਤੇ ਜੇ ਭਰਾ ਇੰਨੀ ਮੁਹੱਬਤ ਕਰਦੇ ਨੇ ਤਾਂ ਅਸੀਂ ਸ਼ੌਕ ਦੇ ਵਿੱਚ ਕਸਰ ਕੋਈ ਨਹੀਂ ਛੱਡਦੇ ਹਾਂ ਮਾਸ਼ਾਅੱਲਾ ਆਪਣੇ ਤਾਂ ਚੰਗੀ ਤੋਂ ਚੰਗੀ ਗਾਂ ਲਿਆਈ ਦੀ ਹੈ ਹਰ ਵੀਡੀਓ ਦੇ ਉਹ ਜਾ ਪੈਂਦੇ ਆ ਗਾਂ ਥੱਲੇ ਹਰ ਵੀਡੀਓ ਦੇ ਵਿੱਚ ਚੜ੍ਹਦੇ ਤੋਂ ਚੜ੍ਹਦੇ ਜਾਨਵਰ ਦਾ ਸ਼ੌਕ ਦੋਸਤਾਂ ਨੂੰ ਕਰਵਾਈਦਾ ਹਰ ਵੀਡੀਓ 'ਚ ਅਨੋਖਾ ਜਾਨਵਰ ਹੁੰਦਾ ਅਤੇ ਉਮੀਦ ਕਰਨਾ ਦੋਸਤਾਂ ਭਰਾਵਾਂ ਨੂੰ ਵੀਡੀਓ ਅੱਜ ਵਾਲੀ ਪਸੰਦ ਆਏਗੀ ਅਤੇ ਜੇ ਅਗਰ ਪਸੰਦ ਆਏ ਜ਼ਿਆਦਾ ਕੱਖ ਨਹੀਂ ਮੈਂ ਮੰਗਦਾ ਬਸ ਮਾਸ਼ਾਅੱਲਾ ਦਾ ਕਮੈਂਟ ਕਰਨਾ ਅਤੇ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ ਜ਼ਿੰਦਾਬਾਦ ਕਰਾਈਏ ਸ਼ੌਕ ਆਓ ਜੀ ਭਾਈ ਬਰਕਾਤ ਸਾਹਿਬ ਮਾਸ਼ਾਅੱਲਾ ਜੀ 6 ਜਾਨਵਰ ਨੇ ਤਹਿਸੀਲ ਡਸਕਿਆ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਦਾ ਨਾਮ ਹੈ ਜੀ ਪੀਰੋ ਚੱਕ ਆਓ ਜੀ ਭਾਈ ਲਿਆਓ ਵੈੜ ਨੰਬਰ 1 ਲਿਆਓ ਜੀ ਮਾਸ਼ਾਅੱਲਾ ਜੀ ਵੈੜ ਨੰਬਰ 1 ਆ ਗਈ ਹੈ ਜੀ ਡੋਗਰ ਸਾਹਿਬ ਗੱਬਣ ਨੇ ਜੀ ਕਿੰਨਵਾ ਸੁਭਾਅ ਭਾਈ ਲੰਮੀ ਟੁਰ ਕੇ ਖੜੇ ਹੋ ਜ਼ਰਾ ਹੁਸਨ ਵੇਖ ਲੈਣਾ ਸੇਮ ਪ੍ਰਿੰਟ ਵਿੱਚ ਮਾਸ਼ਾਅੱਲਾ ਜੀ ਸੋਹਣੇ ਮੁੱਠੀ ਥਣ ਲੱਗੇ ਨੇ ਥਣਾਂ ਦੀ ਵੰਡ ਵੀ ਪਿਆਰੀ ਹੈ ਕਿੰਨਵਾ ਸੁਭਾਅ ਡੋਗਰ ਸਾਹਿਬ ਦਾ ਭਰਾ ਸਾਹਿਬ ਦੂਸਰਾ ਸੁਭਾਅ ਸੂਈ ਹੈ ਸੋਹਣਾ ਸੁਭਾਅ ਛਿੱਗੀ ਹੈ ਛੇ ਦਾਂਦੇ ਭਾਈ ਇੱਥੇ ਖਿਲਾਰਨੀ ਜ਼ਰਾ ਰਵੇਲ ਵੇਖਣੀ ਹੈ ਕੁਆਲਿਟੀ ਚੈੱਕ ਕਰਨੀ ਹੈ ਤੇ ਬਹੁਤ ਗੋਲਾ ਪਾਇਆ ਹੀ ਆ ਤਮਾਸ਼ੇ ਲਾਇਆ ਵੀਡੀਓ ਦਾ ਮਜ਼ਾ ਬੇਸ਼ੱਕ ਜੀ ਚੀਜ਼ ਜ਼ਾਪੀ ਬੋਲਦੀ ਹੈ ਕਿ ਕੁਆਲਿਟੀ ਮੇਰੀ ਜਰਸੀ ਤੇ ਚੋਲਸਤਾਨੀ ਕਰਾਸ ਹੈ 6 ਦਿਨ ਦੇ ਸੁਭਾ ਦੂਸਰਾ ਸੁਣਾ ਦਿਨ ਕਿੰਨੇ ਕਲੈਰੀ ਡੋਗਰ ਸਾਹਿਬ ਰਾਜ ਸਾਹਿਬ ਦੇਣਾ ਹੀ ਹੈ ਕੋਈ 10 ਲੈਂਦੀ 10 ਕੁ ਦਿਨ ਤਕਰੀਬਨ ਲੈਂਦੀ ਹੈ ਤੇ ਜਿਹੜੇ ਥਣ ਲੱਗੇ ਨੇ ਮਾਸ਼ਾਅੱਲਾ ਜੀ ਕੀ ਬਾਤ ਸਾਡਾ ਕੀ ਨਾਂ ਲੱਗਦਾ ਮੁਕਾਬਲਾ ਤੇ ਮਿਆਰ ਕਰਨ ਲਈ ਹੈ ਮਿਆਰ ਤੇ ਪਹੁੰਚਣ ਲਈ ਨਾ ਕਲੇਜਾ ਚਾਹੀਦਾ ਠੀਕ ਹੈ ਹੈ ਜੀ ਬਿਹਤਰ ਹੋ ਗਿਆ ਤੇਰੇ ਵਰਗਾ 101 ਸਾਡੇ ਵਰਗਾ 1 ਲੱਭ ਕੇ 10 ਸੁਣਿਆ ਕਿ ਨਹੀਂ ਬਿਹਤਰ ਹੋ ਗਿਆ ਮਾਸ਼ਾਅੱਲਾ ਜੀ ਚੀਜ਼ ਵੇਖੋ ਪੂਰਾ ਬ੍ਰਾਂਡਡ ਪੀਸ ਹੈ ਸ਼ੋ ਪੀਸ ਮਾਸ਼ਾਅੱਲਾ ਜੀ ਜਰਸੀ ਦੇ ਵਿੱਚ ਸਾਡੀ ਆਪਣੀ ਜਿਹੜੀ ਪਾਕਿਸਤਾਨ ਦੀ ਨਸਲ ਹੈ ਨਾ
ਜਿਹਨੂੰ ਅਸੀਂ ਵਪਾਰੀ ਭਰਾ ਦੱਸਣ ਲੱਗੇ ਸ਼ਰਮ ਖਾਂਦੇ ਹਾਂ, ਸਾਡੀ ਗਾਂ ਭਾਈ ਉਹ ਜੇ ਜਰਸੀ ਤੇ ਹਲਕਾ ਜਿਹਾ 10-15% ਸਾਹੀਵਾਲ ਦਾ ਟੱਚ ਹੈ ਜੀ, ਬਿਹਤਰ ਹੋ ਗਿਆ ਜ਼ਿੰਦਾਬਾਦ। ਵਪਾਰੀ ਤਹੀਨ ਸਮਝਦੇ ਨੇ ਦੱਸਣਾ, ਪਰ ਕਿਸੇ ਨੂੰ ਇਹ ਨੀ ਪਤਾ ਸਾਹੀਵਾਲ ਬ੍ਰਾਂਡ, ਸਾਹੀਵਾਲ ਜਿਹੜਾ ਇੱਕ ਆਪਣਾ ਬ੍ਰਾਂਡ ਹੈ, ਪਾਕਿਸਤਾਨ ਦਾ ਬ੍ਰਾਂਡ ਹੈ ਜੀ, ਗੱਲ ਹੈ ਜੀ। ਤੇ ਹਲਕਾ ਜਿਹਾ ਟੱਚ ਹੈ, ਪਹਿਲਾਂ ਵੱਛੀ 18-20 ਕਿਲੋ ਦੁੱਧ ਕਰਦੀ ਰਹੀ ਹੈ, ਪਹਿਲਾਂ ਵੱਛੀ, ਦੂਜਾ ਸੁਭਾਅ ਸੋਹਣਾ ਤੇ ਅੱਲਾ ਦੇ ਫਜ਼ਲ ਨਾਲ ਐਤਕੀ ਵੀ 20+ ਹੋਏਗੀ ਇਨਸ਼ਾਅੱਲਾ, ਪੂਰੀ ਦਿਰਤ ਵਾਲੀ ਚੀਜ਼ ਹੋਏਗੀ। ਰੇਟ ਸੋਹਣਾ ਜਿਹਾ ਖੜਾ ਕਲ ਅੱਜ ਡੋਗਰ ਛਾਈਏ, ਫਾਈਨਲ ਫਾਈਨਲ ਪਿਆਰ ਮੁਹੱਬਤ ਦੇ ਨਾਲ ਕਿਸੇ ਭਰਾ ਦੋਸਤ ਨੂੰ ਪਸੰਦ ਹੋਏ, ਫਾਈਨਲ ਵੱਛੀ ਦੇਵਾਂਗੇ 3,90,000 ਜੀ, ਬਿਹਤਰ ਹੋ ਗਿਆ। ਅੱਗੇ ਭਾਈ ਲਿਆਓ ਜੀ ਨੰਬਰ 2 ਤੇ, ਫਿਰ ਤੋਹਫਾ ਆ ਗਿਆ ਮਾਸ਼ਾਅੱਲਾ ਜੀ, ਹੁਸਨ ਵੇਖਣੇ ਆ, ਸਿੰਘ ਵੀ ਚਿੱਟੇ ਨੇ, ਰਵੇਲ ਕਾਫੀ ਹੈ, ਲਬਾਸ ਸੋਹਣਾ ਕੀਤਾ ਭਾਈ ਬਰਕਾਤ, ਕੀ ਜਾ ਪਿੱਛੇ ਦੇ ਵੱਛੀ ਭਾਈ, ਇਹ ਪਿੱਛੇ ਦੇ ਵੱਛੀ ਕਰਮ ਵਾਲੀਆਂ ਦੋ ਹੀ ਨੇ ਮਾਸ਼ਾਅੱਲਾ ਜੀ, ਮੰਦੀ ਵੇਖੋ ਜਿਹੜੀ ਮਗਰ ਸ਼ਾਏ, ਪੋਟਾ ਪੋਟਾ ਕੰਨ ਕੰਨ ਭਾਈ ਇਹਦੇ ਚੱਕਰ ਆਉਂਦਾ, ਜਰਾ ਡਰ ਸਾਹਿਬ ਕਹਿੰਦੇ ਨੇ ਮਗਰ ਜਿਹੜੀ ਸ਼ਾਏ ਇਹਦੀ ਕੋਈ ਕੀਮਤ ਨਹੀਂ ਜੀ, ਬਿਹਤਰ ਹੋ ਗਿਆ, ਵੇਖ ਲਓ ਫਿਰ ਤੁਹਾਡੇ ਲਬਾਸ ਨੂੰ ਬੋਲ ਛੇੜੇ ਦੇ ਵਿੱਚ ਕਿਨਵਾਸ ਵਾਸ ਹੋਈ ਹੈ ਡੋਗਰ ਸਾਹਿਬ, ਹੈ ਦੂਸਰਾ ਸੂਈ ਹੈ ਪਿੱਛੇ ਤਾਂ ਪਿੱਛੇ ਦੇ ਬੱਚੀ ਜਿਹੜਾ ਅਨਮੋਲ ਹੀ ਰਹਿਣਾ, ਇਹਦੀ ਕੋਈ ਕੀਮਤ ਨੀ, ਗਾਂ ਨੂੰ ਛੱਡ ਦਿਓ, ਇਹਦੀ ਕੋਈ ਕੀਮਤ ਨੀ, ਵੇਖੋ ਆਹ ਚੈੱਕ ਕਰੋ ਮਾਸ਼ਾਅੱਲਾ ਜੀ, ਪੋਟਾ ਪੋਟਾ ਕੰਨ ਨੇ, ਆਹ ਵੇਖੋ ਆਹ ਪੋਟਾ ਪੋਟਾ ਕੰਨ ਨੇ ਮਾਸ਼ਾਅੱਲਾ ਜੀ, ਨਸਲੀ ਚੀਜ਼ ਹੈ ਜੀ, ਪਿੱਛੇ ਵੀ ਚਿਹਰਾ ਵੀ ਦੋਸਤਾਂ ਵੇਖ ਲੈਣਾ, ਘਰ ਘਰ ਨਹੀਂ ਜਾ, ਡੋਗਰ ਸਾਹਿਬ ਜਿੱਦਣ ਤਿਆਰ ਹੋਈ 10 ਲੱਖ ਰੁਪਏ ਦੀ ਹੈ, ਕਿੱਦਣ ਦੀ ਸੂਈ ਹੈ ਡੋਗਰ ਸਾਹਿਬ, ਵੈੜ ਹੈ ਲਾਇਰੋ ਭਾਈ ਬਰਕਤ, ਸੂਈ ਹੈ ਕੱਲ ਸ਼ਾਮ ਦੀ, ਕੱਲ ਸ਼ਾਮ ਦੀ ਸੂਈ ਹੈ, ਸਵੇਰ ਦੂਸਰਾ ਵਿਆਹ ਪਿੱਛੇ ਇਦਾਂ ਦੇ ਪਿੱਛੇ ਦੇ ਬੱਚੀ ਹੈ, ਇਹ ਨਾਲ ਜ਼ਿੰਮੇਵਾਰੀ ਲਾ ਲੈਣੀ ਹੈ ਨੰਬਰ ਕਾਤ ਅੱਜ ਕਰਦੀ ਹੈ, ਤੋਰ ਭਾਈ ਲੰਮੀ ਤੁਸੀਂ ਕਿੰਨਾ ਕੁ ਬੋਲਿਆ ਡੋਗਰ ਸਾਹਿਬ ਇਹਦੇ ਕੋਲ, ਰਾਜ ਸਾਹਿਬ ਬੋਲਿਆ ਇਹਦੇ ਕੋਲ ਵੀ ਹੈ ਜੀ ਕੋਈ 18-20 ਲੀਟਰ, 18-20 ਲੀਟਰ ਬੋਲਾ ਵੇ, ਦੋਵਾਂ ਟਾਈਮਾਂ ਦਾ ਟੋਟਲ ਲੱਗਦੇ ਹੋ ਕਮਨਾ 5+ ਹੋਏਗੀ ਬੱਚੀ, ਨਸਲ ਕੀ ਜੀ ਡੋਗਰ ਸਾਹਿਬ ਦੀ, ਇਹ ਜੇ ਹੋਸਟਨ ਫਰੀਜ਼ੀਅਨ ਤੇ ਚੋਲਸਤਾਨੀ ਕਰਾਸ ਹੈ, HF ਤੇ ਚੋਲਸਤਾਨੀ ਕਰਾਸ ਹੈ, ਗਰਮੀਆਂ ਦਾ ਤੋਹਫਾ ਹੀ ਹੈ, ਗਰਮੀ ਇਨਸ਼ਾਅੱਲਾ ਨਹੀਂ ਕਰੇਗੀ, ਥਾਣੀ ਵੀ ਦੋਸਤਾਂ ਵੇਖ ਲੈਣੇ ਨੇ, ਮਜ਼ਬੂਤ ਥਾਣੀ ਨਹੀਂ ਲੱਗਾ ਹੁੰਦਾ ਹਰ ਵੈੜੀ ਨੂੰ ਜੀ, ਬਿਹਤਰ ਹੋ ਗਿਆ, ਕਰਮ ਵਾਲੀਆਂ ਵੀ ਦੋ ਨੇ, ਕੀ ਕੀਮਤ ਹੈ ਡੋਗਰ ਸਾਹਿਬ, ਵੈੜ ਨੰਬਰ 2 ਦੀ ਸੋਹਣੀ ਜੀ, ਰਾਜ ਸਾਹਿਬ ਇੰਜ ਨਹੀਂ ਹੋਣੀ ਕੀਮਤ, ਅੱਛਾ ਫਿਰ ਇਹਨੂੰ ਭੁੱਲਿਆ, ਬਾਹਰ ਕੱਢ ਜੋੜੇ ਦਾ ਇਕੱਠਾ ਮੁੱਲ ਲਾਨੇ ਆ ਕਿ ਖਸੂਸੀ ਮੁਹੱਬਤਾਂ ਵਾਲਾ ਰੇਟ ਦੇਵਾਂਗਾ, ਠੀਕ ਹੈ ਇਹਨੂੰ ਬੰਨ ਦੇਹੋ, ਇਹਨੂੰ ਬੰਨ ਭਾਈ, ਮਾਸ਼ਾਅੱਲਾ ਜੀ ਚਿਹਰਾ ਵੀ ਦੋਸਤਾਂ ਵੇਖ ਲੈਣਾ, HF ਹਾਲਸਟਨ ਫਰੀਜ਼ੀਅਨ ਤੇ ਚੋਲਸਤਾਨੀ ਕਰਾਸ ਤੇ ਪਿੱਛੇ ਦੇ ਬੱਚੀ, ਮਾਸ਼ਾਅੱਲਾ ਜੀ ਨੰਬਰ 2 ਤੇ ਚੈੱਕ ਕਰਾਈਏ ਰੇਟ ਦੇਣਾ ਜੋੜੇ ਦਾ, ਤੀਸਰਾ ਦਿਹਾੜਾ ਸੂਈ ਨੂੰ ਇਹ ਬੱਚੀ ਹੈ ਥੱਲੇ, ਅੱਛਾ ਬੱਚੀ ਤੋਂ ਬਗੈਰ, ਹਾਂਜੀ ਜਾਣ ਦੋ, ਜਾਤ ਬਗੈਰ ਜਾਣ ਦੋ ਬਰਕਾਤ ਸਾਹਿਬ, ਤੀਜਾ ਦਿਹਾੜਾ ਸੂਈ ਨੂੰ ਹੈ, ਅੱਛਾ ਤਿੰਨ ਚਵਾਈਆਂ ਨੇ, ਤਿੰਨਾਂ ਚਵਾਈਆਂ ਦੇ ਵਿੱਚ ਇਹਦੇ ਕੋਲ ਠੰਡਾ ਕਰਕੇ 25-26 ਲੀਟਰ ਧਾਰਾਂ ਨੇ ਠੰਡੀਆਂ ਕਰਕੇ, ਮਾਸ਼ਾਅੱਲਾ ਜੀ ਸੁਆ ਕਿੰਨਵਾ ਸੂਈ ਹੈ ਰਾਜ ਸਾਹਿਬ, ਦੂਸਰਾ ਸੁਆ ਸੂਈ ਹੈ, ਮੂੰਹ ਛਿੱਗੀ ਹੈ ਤੇ ਹੁਕਮ ਅਲਗ ਦੇ ਨਾਲ 30+ ਹੋਏਗੀ ਗਰੰਟੀ ਦੇ ਨਾਲ, ਵੈੜੀ ਇੰਜ ਦੀ ਏਡੇ ਕੱਦ ਬੁੱਤ ਹਾਈਟ ਵੇਲ ਵਾਲੀ ਘਰ ਘਰ ਨਹੀਂ ਜਾਂਦੀ, ਤੇ ਇਹ ਵੀ 6 ਤਾਂ ਦੇ ਮਾਸ਼ਾਅੱਲਾ ਜੀ ਹਾਈਟ ਵੇ, ਤੇ ਕੀਮਤ ਵਾਪਸ ਅਗਰ ਗਰਮੀਆਂ ਦੇ ਵਿੱਚ ਵੀ ਕਿਸੇ ਦੇ ਘਰ ਜਾ ਗਰਮੀ ਕਰੇ, ਏਡੇ ਬਰੀਕ ਚਮ ਦੀ ਗਾਂ ਹੁੰਦੀ ਹੋਈ ਨਹੀਂ, ਬਰੀਕ ਪਸ਼ਮੇ ਪ੍ਰਿੰਟ ਵੇਖਣਾ, ਸ਼ਾਈਨਿੰਗ ਚੈੱਕ ਕਰਨੀ ਹੈ, ਰਵੇਲ ਕਾਫੀ ਹੈ ਵੀ ਕਾਦਾਵਰ ਹੈ, ਸੁਬਾ ਦੂਸਰਾ ਵੇ ਬੋਲੇ ਤੇ ਵੇ ਹੈ ਵੀ 6 ਦਿਨ ਦੇ ਥਾਣਾ ਦੀ ਵੰਡ ਵੇਖਣੀ, ਮਾਸ਼ਾਅੱਲਾ ਭਾਈ ਜਾ ਤੇ ਖੜਿਓ ਜ਼ਰਾ, ਪੂਰੀ ਮਾਸ਼ਾਅੱਲਾ ਜੀ ਨਾਮੀ ਗ੍ਰਾਮੀ ਚੀਜ਼ ਹੈ, ਚੱਡੇ ਦੀ ਦੁੱਧ ਦੀ ਨਹਿਰ ਹੈ, ਚਵਾਈ ਇੱਕ ਦਿਨ ਚ 3 ਟਾਈਮ ਕਰਦੇ ਹੋਵੇ, 3 ਟਾਈਮ ਕਹਿੰਦੇ ਨਹਿਰ ਹੋਏਗੀ, ਨਹਿਰ ਦੁੱਧ ਦੀ, ਹੁਣ ਜਿਹੜਾ ਬੋਲਾ ਵੇ 24 ਕਿਲੋ ਹੈ, ਠੰਡਾ ਕਰਕੇ 25 ਕਿਲੋ ਹੈ, 24-25 ਕਿਲੋ, ਚਿਹਰਾ ਵੀ ਦੋਸਤਾਂ ਵੇਖ ਲੈਣਾ, ਮਾਸ਼ਾਅੱਲਾ ਜੀ ਇਹ ਪਿੱਛੇ ਦੇ ਬੱਚੀ 35 ਕਿਲੋ ਤੇ ਗਾਂ ਜਾਏਗੀ, ਠੀਕ ਹੈ ਇਹ ਗਾਈਆਂ 30 ਗਾਂ ਤੇ ਵੈੜੀ ਤੇ ਦੋਈਆਂ ਸਰਕੀ ਸਵਰ ਸਾਹਿਬ ਹੈ, ਨਹੀਂ ਤੇ ਸਵਰ ਸਾਹਿਬ ਮਾਲ ਲੈਣੀ ਬਾਹਰ ਨਿਕਲੇ ਨੇ ਪਿੰਡਾਂ 'ਚ, ਇਹ ਤੇ ਸਵਰ ਸਾਹਿਬ ਨੇ ਭੇਜੀਆਂ ਨੇ, ਠੀਕ ਹੈ ਮੈਂ ਤਾਂ ਸਗੋਂ ਆਪੀਆਂ
ਰਾਤ ਨੂੰ ਮੈਂ ਠੀਕ ਨਹੀਂ ਰਹਿੰਦਾ, ਮੈਂ ਨਿਕਲਣਾ ਘੱਟ ਵੱਧ ਹੀ ਬਾਹਰ ਕੀਤਾ ਸੀ। ਮੈਂ ਨੂੰ ਜਿਹੜੀਆਂ ਆਉਂਦੀਆਂ ਆਪਣੀਆਂ ਵੇਚ ਰਹੀਆਂ ਨੇ ਇਹ ਜੀ ਹੁਣ ਤਸਵਰ ਸਾਹਿਬ ਨੇ ਭੇਜੀਆਂ। ਮਾਸ਼ਾਅੱਲਾ ਜੀ, ਮਾਲ ਤਸਵਰ ਵੀ ਤੁਹਾਡਾ ਸ਼ਗਿਰਦ ਹੋਇਆ ਕਿ ਖਿਲਾੜੀ ਹੈਗੀ। ਇਹ ਤਸਵਰ ਸਾਹਿਬ ਨੇ ਗਾਈਆਂ ਦੋਵੇਂ ਭੇਜੀਆਂ ਨੇ ਜੀ, ਅਗਲੀ ਵੀਡੀਓ ਦੇ ਵਿੱਚ ਕੋਲ ਰਹੀਆਂ ਤੇ ਇਹਨਾਂ ਦਾ ਦੁੱਧ ਵੀ ਕਿਸੇ ਨੂੰ ਇਸ ਵੇਲੇ ਦਾ 35 ਕਿਲੋ ਚੁਆਵਾਂਗਾ, ਉਸ ਵੇਲੇ ਦਾ 26-27 ਕਿਲੋ ਚੁਆਵਾਂਗਾ। ਬਿਹਤਰ ਹੋ ਗਿਆ, 22 ਮੀਟਰ ਹੋ ਕੇ ਖੜੇ ਹੋ, ਰੇਲ ਕਾਫੀ ਥਣ ਸੋਹਣੇ ਲੱਗੇ ਨੇ, ਪੂਰੀ ਨਫਾਸਤ ਵਿੱਚ ਪਿੱਛੇ ਦੇ ਵਿੱਚ ਹੀ ਕਰਮ ਵਾਲੀਆਂ ਦੋ ਹੀ ਨੇ, 24-25 ਕਿਲੋ ਬੋਲਾ ਵੀ ਨਸਲ ਕੀ ਡੋਗਰ ਸਾਹਿਬ ਦੀ ਭਰਾ ਸਾਹਿਬ, ਇਹ ਡੱਚ ਤੇ ਚੋਲਸਤਾਨੀ ਕਰਾਸ ਹੈ, ਡੱਚ ਤੇ ਚੋਲਸਤਾਨ ਕਿਸੇ ਦੇ ਘਰ ਜਾ ਕੇ ਅਗਰ ਗਰਮੀ ਕਰੇ, ਗਰਮੀਆਂ ਦੇ ਵਿੱਚ ਧੁੱਪੇ ਵਜਾ ਵੀ ਗਰਮੀ ਕਰੇ ਜੋੜਾ ਹੀ, ਤੇ ਜੋੜੇ ਦੀ ਕੀਮਤ ਵਾਪਸ ਕਰਨ ਦਾ ਮੇਰਾ ਬਿਆਨ ਰਿਕਾਰਡ ਕਰ ਲਿਓ ਜੀ। ਬਿਹਤਰ ਹੋ ਗਿਆ, ਵੇਖੋ ਥਣ ਵੇਖੋ ਜਵਾਬ ਹੋਏਗਾ, ਜਵਾਬ ਸਮਾਂ ਦੀ ਗਰੰਟੀ ਹੋਏਗੀ, ਤੇ ਵਿਆੜੀਆਂ ਪੂਰੇ ਦੁੱਲੇ ਹੋਣਗੇ ਦੋ। ਕੀ ਰੇਟ ਹੈ ਜੀ ਨੰਬਰ 2 ਤੇ ਨੰਬਰ 3 ਵਾਲੀ ਦਾ ਜੋੜੇ ਦਾ ਰੇਟ? ਸਾਹਿਬ ਫਾਈਨਲ ਫਾਈਨਲ ਯੈਸ ਤੈਨੂੰ ਵਿਆੜੀਆਂ ਤੇ 15 ਲੱਖ ਦੀਆਂ, ਫਾਈਨਲ ਫਾਈਨਲ 11.5 ਦੀਆਂ ਦੋਵੇਂ ਵਿਆੜੀਆਂ, 11 ਲੱਖ ਤੇ 50,000। ਤੇ ਅਗਰ ਕਿਸੇ ਨੂੰ ਇੱਕ ਇੱਕ ਪਸੰਦ ਆਏ ਫਿਰ ਕਾਲ ਕਰ ਲੇ, ਫਿਰ ਮੁਹੱਬਤ ਹੋਏਗੀ ਪੂਰੀ ਜੀ। ਬਿਹਤਰ ਹੋ ਗਿਆ, ਜੋੜੇ ਦਾ ਰੇਟ 11 ਲੱਖ ਤੇ 50,000 ਰੁਪਏ ਲਿਆਓ ਜੀ ਨੰਬਰ 4 ਵਾਲੀ। ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 4 ਤੇ ਆ ਗਈ, ਪੂਰੀ ਬ੍ਰਾਂਡ ਚੀਜ਼ ਹੈ ਮਾਸ਼ਾਅੱਲਾ ਜੀ, ਖੂਬਸੂਰਤੀ ਵੇਖਣੀ, ਥੱਲੇ ਵੀ ਪੂਰਾ ਮਦਾਨ ਲਾਇਆ ਟੋਰੇ ਭਾਈ ਲੰਮੀ ਜ਼ਰਾ, ਕਿੰਨਵਾਂ ਸੁਆ ਸੂਈ ਹੈ ਡੋਗਰ ਸਾਹਿਬ? ਸੁਬਾ ਦੂਸਰਾ ਸੂਈ ਹੈ ਮਾਸ਼ਾਅੱਲਾ ਜੀ, ਤੇ ਆਹ ਚੈੱਕ ਕਰੋ ਜਿਹੜਾ ਕੰਮ ਥੱਲੇ ਕਰ ਗਈ ਹੈ, ਉਹ ਜ਼ਰਾ ਦੋਸਤਾਂ ਵੇਖਣਾ ਲੰਮੀ ਟੋਰੇ ਦਾ ਰੱਖਣ ਦੀ ਨੀਅਤ ਕੀਤੀ ਹੈ, ਜੇ ਮੇਰੇ ਭਰਾ ਕੋਲ ਨਾ ਗਈ ਚੌਰੀ ਆਰਾ ਸਾਹਿਬ ਕੋਲ ਤੇ ਮੱਛੀ ਦੇ ਫਿਰ ਸਾਡੀ ਹੀ ਹੋਣੀ ਹੈ, ਮੱਛੀ ਅਸੀਂ ਮੋਨੀ ਕਰਾ ਖੜੀ ਹੈ, ਹੋਰ ਕਿਸੇ ਭਰਾ ਦੋਸਤ ਨਾ ਉਹਨੂੰ ਪਸੰਦ ਆਏ ਉਹ ਵੀ ਸੌਦਾ ਕਰ ਲਏ, ਤੇ ਮੱਛੀ ਤੇ ਸੌਦਾ ਕਰਕੇ ਮੈਨੂੰ ਦੇ ਦਿਆ, ਮੈਨੂੰ ਦੇ ਸਕਦਾ ਮੱਛੀ ਰੱਖ ਲਾਂਗਾ, ਮੱਛੀ ਮੈਂ ਪਰਸੋਂ ਦੀ ਮੋਨੀ ਕਰਾ ਰਹਾ, ਕੱਲ ਦੀ ਕਰਾ, ਇਹ ਜਿਹੜੀ ਪਿੱਛੇ ਮੱਛੀ ਉਹ ਮੋਨੀ ਕਰਾਈ ਹੈ ਮਾਸ਼ਾਅੱਲਾ ਜੀ, ਮਾਂ ਦੇ ਪਿਓਰ ਮੋਨੀ ਹੈ ਨਾ, ਆਪੀ ਪਦਾਸ਼ੀ ਮੋਨੀ ਹੈ, ਠੀਕ ਹੈ ਜੀ, ਪਦਾਸ਼ੀ ਮੋਨੀ ਹੈ, ਅੱਖ ਵੀ ਮੋਟੀ ਹੈ ਭਾਈ ਜਰਾ ਸਾਹਮਣੇ ਕਰਿਓ ਜੀ। ਸਵਾ ਦੂਸਰਾ ਵੇ, ਹਾਂਜੀ, ਕਿਦਾਂ ਦੀ ਸੂਈ ਹੈ ਡੋਗਰ ਸਾਹਿਬ? ਹੈ ਫਰਾ ਸਾਹਿਬ, ਇਹਨੂੰ ਸੂਈ ਨੂੰ ਅੱਜ ਕੋਈ 10-11 ਦਿਨ ਹੋ ਗਏ ਨੇ, ਟੋਰ ਲੰਮਾ ਰਾ ਕੇ ਟੋਰ ਫੇਰ 10-11 ਦਿਨ ਹੋ ਗਏ ਨੇ, ਸਵਾ ਦੂਸਰਾ ਵੇ, ਰਵੇਲ ਕਾਫੀ ਹੈ, ਥੱਲੇ ਵੀ ਪੂਰਾ ਮੈਦਾਨ ਲਾਇਆ ਮਾਸ਼ਾਅੱਲਾ ਜੀ, ਕਰਮ ਵਾਲੀਆਂ ਦੋ ਹੀ ਨੇ, ਪਿੱਛੇ ਦੇ ਬੱਚੀ ਨੰਬਰ 4 ਤੇ ਚੱਕਰ ਆਨੇ ਆ ਫਿਰ ਟੋਰ ਦੋਸਤਾਂ ਵੇਖਣੀ ਅੱਜ ਦੀ ਵੀਡੀਓ ਦਾ ਸ਼ੋ ਪੀਸ ਹੈ, ਬ੍ਰਾਂਡ ਜਾਨਵਰ ਹੈ ਮਾਸ਼ਾਅੱਲਾ ਜੀ, ਤੇ ਇਹ ਚੈੱਕ ਕਰੋ ਜ਼ਰਾ ਲਿਬਾਸ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ ਬਾਈ, ਇੱਥੇ ਖਿਲਾਰੇ ਜ਼ਰਾ ਥਾਣਾ ਦੀ ਵੰਡ ਵੀ ਚੈੱਕ ਕਰਾਈਏ ਡੋਗਰ ਸਾਹਿਬ, ਦੁੱਧ ਕਿੰਨਾ ਕਿਹਦੇ ਕੋਲ? ਰਾਜ ਸਾਹਿਬ ਠੰਡਾ ਕਰਕੇ ਮੇਰੀ ਜਿਹੜੀ 40 ਤੋਂ 41 ਲੀਟਰ ਤੇ। ਅੱਛਾ, ਹੁਣ ਕਿੰਨਾ? ਹੁਣ ਇਸ ਟਾਈਮ ਜਿਹੜਾ 34 ਤੋਂ 35 ਲੀਟਰ ਠੰਡਾ ਕਰਕੇ ਡੱਬਾ ਮਾਰ ਕੇ ਨਾ ਤਸੱਲਾ ਦੇ ਨਾਲ, ਅੱਛਾ ਤਸੱਲਾ ਨਾਲ 34 ਤੋਂ 35 ਕਿਲੋ ਦੁੱਧ ਸਗਾਉਣਾ ਹੀ ਚਾਹੁੰਦੇ, ਦੋਵਾਂ ਟਾਈਮਾਂ ਦਾ ਜਿਹੜਾ ਮੌਜੂਦਾ ਦੁੱਧ ਦਾ ਹੱਥੀ ਕਿਸੇ ਦੇ ਡੇਰੇ ਤੇ ਨਹੀਂ, ਹੱਥੀ ਹੈ ਚਾਚੇ ਦੇ ਕੋਲ ਗਾਂ ਸੀ, ਅੱਛਾ ਸਾਹਮਣੇ ਡੇਰੇ ਤੇ, ਠੀਕ ਹੈ, ਇਸ ਗਾਂ ਦਾ ਅਸੀਂ ਘਰ ਆਪਣੇ ਇਹਦੀਆਂ ਬਹੁਤੀਆਂ ਨੇ, ਇਸ ਗਾਂ ਨਾਲ 1000 ਗਾਂ ਨਾਲ ਚੋਂ ਇੱਕ ਗਾਂ ਇੰਜ ਦੀ ਨਿਕਲੇਗੀ, ਠੀਕ ਹੈ, ਕੀ ਨਸਲ ਹੈ ਡੋਗਰ ਸਾਹਿਬ ਦੀ? ਪ੍ਰਾਸਾ ਜਰਸੀ ਤੇ ਚੋਲਸਤਾਨੀ ਕਰਾਸ ਹੈ, ਤੇ ਅੱਲਾ ਦੇ ਹੁਕਮ ਨਾਲ ਦੁੱਧ ਵੀ ਚਿੱਟਾ ਦੁੱਧ ਦੀ ਰੰਗਤ ਵੀ ਸਵੇਰ ਦੇ ਸੁਬਾ ਦੂਸਰਾ ਸੂਈ ਹੈ, 8 ਤੋਂ 10 ਦਿਨ ਹੋ ਗਏ ਨਾ ਭਾਈ ਲੰਮੀ ਟੋਰ ਕੇ, ਉੱਥੇ ਲੈ ਚਲੋ ਜ਼ਰਾ ਉੱਥੇ ਜਾ ਕੇ ਚੈੱਕ ਕਰਨੇ ਆ, ਪਿੱਛੇ ਦੇ ਬੱਚੀ ਹੈ, ਨਸਲ ਵੀ ਚੰਗੀ ਹੈ, ਗਰਮੀਆਂ ਦਾ ਵੀ ਤੋਹਫਾ, ਜਰਸੀ ਦੇ ਕੋਈ ਵਿੱਚ ਹਲਕਾ ਜਿਹਾ ਚੁਲਸਤਾਨੀ ਕਰਾਸ ਹੈ ਮਾਸ਼ਾਅੱਲਾ ਜੀ, ਆਓ ਜੀ ਡੋਗਰ ਸਾਹਿਬ ਚੈੱਕ ਕਰਾਓ ਜੀ, ਮਾਲਕ ਦਾ ਫਜ਼ਲ ਨੇ ਇੰਜ ਨਵਾਬ ਟਿਊਬਵੈਲ ਵਾਲੀ ਜੋਨ ਹੋਏਗੀ ਮਾਸ਼ਾਅੱਲਾ ਜੀ, ਕਰਾਓ ਡੋਗਰ ਸਾਹਿਬ ਚੈੱਕ, ਬੰਨ ਬੱਚੀ ਉੱਥੇ ਬੰਨ ਲੈ, ਇਹ ਮਾਸ਼ਾਅੱਲਾ ਜੀ ਥਾਣੀ ਦੋਸਤਾਂ ਵੇਖ ਲੈਣੇ ਨੇ ਲਿਬਾਸ ਸੋਹਣਾ ਕੀਤਾ, ਗੁਲਾਈ ਦੀ ਚੋਰਸ ਲਿਬਾਸ ਦੀ ਮਾਲਕ ਹੋਏਗੀ ਤਾਂ ਕਿਸੇ ਦੇ ਘਰ ਗਈ ਗਰਮੀ ਵੀ ਨਹੀਂ ਕਰੇਗੀ ਜੀ, ਬਿਹਤਰ ਹੋ ਗਿਆ ਜੀ, ਇਹ ਵਪਾਰ ਬੁੱਕਾ ਕੀ ਖਰੀਦ ਖਰੂਦੀ ਨੇ, ਇਹ ਗਾਂ ਸਾਡੇ ਸਮਝੋ ਸਾਡੇ ਘਰ ਦੀ ਹੈ, ਇਹ ਗਾਂ
ਘਰ ਗਈ ਗਾਂ ਦਾ ਅੱਠਾਂ ਦਿਨਾਂ ਦੇ ਵਿੱਚ ਚਵਾਪ ਸਮਾਹ ਦੇ ਵਿੱਚ ਚਵਾਪ ਸਮਾਹ ਦੇ ਵਿੱਚ 19-20 ਦੇ ਵਿੱਚ ਫਰਕ ਹੈ, ਕੋਈ ਥਣ ਘੱਟ ਵੱਧ ਹੋਏ, ਆਉਣ ਜਾਣ ਦਾ ਕਿਰਾਇਆ ਵੀ ਦਿਆਂਗਾ ਤੇ ਗਾਂ ਵੀ ਫ੍ਰੀ ਦਿਆਂਗਾ ਜੀ। ਮਿੱਤਰ ਹੋ ਗਿਆ ਜੀ ਅਗਰ ਕਿਸੇ ਦੋਸਤ ਭਾਈ ਦੀ ਸਮਝ ਚ ਆਉਂਦੀ ਹੈ ਚੀਜ਼ ਤੇ ਪੂਰੀ ਸ਼ਾਨਦਾਰ ਹੈ, ਇਹ ਪਿੱਛੇ ਦੇ ਬੱਚੀ ਮੋਨੀ ਕਰਾ ਦਿੱਤੀ ਹੈ, ਦੋਸਤਾਂ ਚੈੱਕ ਕਰ ਲੈਣੀ ਹੈ। ਡੋਗਰ ਸਾਹਿਬ ਦੇ ਨੰਬਰ ਸਕਰੀਨ ਤੇ ਆ ਰਹੇ ਨੇ, ਦੋਸਤ ਕਾਲ ਕਰਕੇ ਰਾਬਤਾ ਕਰ ਸਕਦੇ ਨੇ। ਭਾਈ ਲਿਆਓ ਜੀ ਨੰਬਰ 5 ਵਾਲੀ ਖਾਂਗੜ ਵੀ ਆਵੇ ਇੱਕ ਤੁਸੀਂ ਇਹ ਪਰਸੋਂ ਟੀਕਾ ਜਿਹੜਾ ਰੱਖਿਆ ਗਿਆ ਉਹਦੀ ਵੀਡੀਓ ਹੈ ਜਿਹੜੀ ਹੈ, ਅਤੇ ਇਹ ਵੀਡੀਓ ਵੈੜੀ ਦੀ ਹੈ, ਇਹ ਚੱਲਣ ਨਹੀਂ ਦੇ ਜੀ, ਇੱਥੋਂ ਚਲਾਉਂਦੇ ਇਹ ਵੇਖੋ ਇਹ ਵੈੜੀ ਜਿਹੜੀ ਹੈ। ਪਿੱਛੇ ਜੇ ਦੱਸਿਆ ਸੀ ਨਾ ਕਿ ਇੱਕ ਦੋਸਤ ਅਮਰੀਕਾ ਹੁੰਦੇ ਨੇ, ਦੱਸਿਆ ਸੀ ਕਿ ਨਹੀਂ? ਠੀਕ ਹੈ। ਉਹਨਾਂ ਨੂੰ ਇੱਕ ਗਾਂ ਲੈ ਘੱਲੀ ਅਤੇ ਉਹਨਾਂ ਨੇ ਫਿਰ ਵਾਪਸ ਇੱਥੇ ਵੇਚਣ ਵਾਸਤੇ ਭੇਜੀ ਸੀ। ਇਹ ਵੈੜੀ ਵੀ ਉਹਨਾਂ ਨੇ ਲੈ ਕੇ ਦਿੱਤੀ ਸੀ, ਅਕਲ ਸੋਚ ਬੰਦੇ ਦੀ ਉੱਥੇ ਜਾ ਖਤਮ ਹੋ ਜਾਂਦੀ ਜਿੰਨੇ ਦੀ ਆ ਵੈੜੀ ਮੈਂ ਉਹਨਾਂ ਨੂੰ ਲੈ ਕੇ ਦਿੱਤੀ ਸੀ। ਠੀਕ, ਸਿੱਧੀ ਸਿੱਧੀ ਉਹਨਾਂ ਨੇ ਲਈ, ਮੈਂ ਨਾਲ ਗਿਆ ਸੌਦਾ ਸੁਦਾ ਕਰਵਾਇਆ ਸੀ, ਤੁਰ ਗਏ ਨੇ ਫਿਰ ਅਤੇ ਗਾਂ ਵਿਕਣ ਵਾਸਤੇ ਇੱਥੇ ਆਈ। 2-2.5 ਮਹੀਨੇ ਗਾਂ ਨੂੰ ਸੂਈ ਨੂੰ ਹੋਏ ਨੇ, ਗਾਂ ਜਿਸ ਦਿਨ ਤਿਆਰ ਹੋਏ ਇੱਧਰ ਮੇਰੇ ਵੱਲ ਨੂੰ ਕਰੋ ਗਾਂ ਦੇ, ਫਿਰ ਵਹਾਨੇ ਗਾਂ ਵੇਖਣ ਦੀ ਲੋੜ ਕੋਈ ਨਹੀਂ ਹੈ, ਗਾਂ ਜਿੰਨੇ ਖੜਨੀ ਤੋਹਫਾ ਹੀ ਖੜਨਾ ਹੈ, ਅੱਲਾ ਦੇ ਫਜ਼ਲ ਨਾਲ ਫਰਮੈਸ਼ੀ ਪੀਸ ਹੋਏਗਾ। ਗਾਂ ਜਿਹੜਾ ਭਰਾ ਦੋਸਤ ਲੈ ਕੇ ਜਾਏ ਜਿੰਨੇ ਦਾ ਮੇਰਾ ਸੌਦਾ ਹੋਈਏ, ਗਾਂ ਜਿੱਦਣ ਮਨ ਲੱਗੇ ਗਾਂ ਅਸੀਂ ਟੀਕਾ ਰਖਵਾਇਆ, ਰਖਵਾਈ ਵੀ ਸੈਕਸ ਡੋਜ਼, ਗਾਂ ਸਾਡੀ ਸੈਕਸ ਡੋਜ਼ ਦੇ ਉੱਤੇ ਨਿਕਲ ਆਏ, ਜਾਂ ਕਿਸੇ ਦੇ ਘਰ ਜਾ ਕੇ ਤਿਆਰ ਹੋਏ। ਜਿੱਦਣ ਗਾਂ ਤਿਆਰ ਹੋਏ ਗਾਂ ਦਾ 5.5 ਲੱਖ ਰੁਪਈਆ ਮੇਰੇ ਕੋਲੋਂ ਫੋਨ ਕਰਕੇ ਦੱਸਣਾ ਕਿ ਗਾਂ ਤੇ ਹੱਡੀ ਘੱਲਣ ਲੱਗਿਆ, ਅਕਾਊਂਟ 'ਚ ਘੱਲ ਦਿਓ 5.5 ਲੱਖ ਰੁਪਏ ਦਾ ਮੈਂ ਗਾਂ ਲਗਾ ਗਾਉਣਾ ਜੀ। ਬਿਹਤਰ ਹੋ ਗਿਆ, ਹੁਣ ਸਵਾ ਕਿੰਨਵਾਂ ਤੇ 2-2 ਲੈਣੀ ਹੋ, ਮੇਰਾ ਬਿਆਨ ਵੀ ਗਾਂ ਕੱਲ੍ਹ ਨੂੰ ਵੇਚਣੀ ਹੈ ਤੇ ਬਿਆਨ ਵੀ ਕੋਲ ਰੱਖ ਲਏ, 5.5 ਲੱਖ ਰੁਪਏ ਦੀ ਗਾਂ ਰੱਖਾਂਗਾ। ਕਿ ਜੇ ਗਾਂ ਮੇਰੀ ਅਕਲ ਸਮਝ ਤੋਂ ਬਹੁਤੀ ਭਲੀ ਜੁੜੀ ਹੋਈ, 50,000 ਹੋਰ ਵੱਧ ਪਾਵਾਂਗੇ, 6 ਲੱਖ ਰੁਪਏ ਦੀ ਵੀ ਗਾਂ ਮੰਗਵਾ ਲਾਂਗੇ, ਜਿਹਦੀ ਘਰ ਗਾਂ ਘਰ ਕਰਨ ਦੀ ਗਾਂ ਜੰਮਦੀ। ਪਹਿਲਾ ਸੂਆ ਸੂਈ ਮੂੰਹ ਚੌਕੀ ਹੈ, ਇਹ 4 ਦੰਦੇ ਸੂਆ ਪਹਿਲਾ ਮਾਸ਼ਾਅੱਲਾ ਜੀ, ਡੱਬੇ ਨਾਲ ਮਿੰਨਾ ਤੇ ਜ਼ਬਾਨੀ ਕਲਾਮੀ ਕਹਿਣਾ 30 ਕਿਲੋ ਦੁੱਧ ਬੜਾ ਫਰਕ ਹੁੰਦਾ, ਇਹਦਾ 30 ਡੱਬੇ ਦੁੱਧ ਦੇ ਉਹਨਾਂ ਹੱਥੀ ਮਾਰੇ ਨੇ ਮਾਸ਼ਾਅੱਲਾ। ਗਾਂ ਤੇ ਉਂਝ ਹੁਣ ਲੱਸੀ ਵੀ ਬੜੀ ਘਰ ਛੜੀ ਨੇ ਨਾ, ਦੁੱਧ ਹੀ ਚੋਇਆ ਨੇ, ਪਾਇਆ ਕੱਖ ਨਹੀਂ ਨੇ। ਤੇ ਦੁੱਧ ਹੁਣ ਕਿੰਨਾ ਦੇ ਕੋਲ? ਦੁੱਧ ਇਸ ਟਾਈਮ ਜਿੱਦਣ ਸਾਡੇ ਕੋਲ ਆਈ ਸੀ ਉਦਣ ਤੇ ਦਵਾਵਾਂ ਦੁਵਾਵਾਂ ਆਈ ਹਨ, ਤੇ ਹੁਣ ਤੇ ਦੁੱਧ 12-13 ਸਿਰ ਕਰ ਗਈ ਹੈ, ਤੇ ਜੇ ਗਾਂ ਸਾਂਭੀ ਗਈ 8 ਦਿਨ ਦੁੱਧ ਗਾਂ ਹੁਣ ਵੀ 18-20 ਸਿਰ ਤੋਂ ਟੁੱਟ ਜਾਏਗੀ। 12-13 ਕਿਲੋ ਦੁੱਧ ਸੁਬਾ ਪਹਿਲਾਂ ਵੇ 4 ਦਿਨ ਦੇ ਮਾਸ਼ਾਅੱਲਾ ਜੀ, 2.5 ਮਹੀਨੇ ਹੋ ਗਏ ਨੇ ਦੁੱਧ ਹੈ, 2.5 ਮਹੀਨੇ ਹੋ ਗਏ ਨੇ। ਹਾਂਜੀ ਠੀਕ ਹੈ, ਤੇ ਕਰਾਸੀ ਹੋ ਗਈ, ਇਨਸੈਮੀਨੇਟ ਹੋ ਗਈ, ਇੰਨੀ ਕਿ ਦਿਹਾੜੀ 10 ਸਾਰੀਆਂ ਨੂੰ ਬੈਗ ਚੋ ਜੀ। ਬਿਹਤਰ ਹੋ ਗਿਆ ਮਾਸ਼ਾਅੱਲਾ ਜੀ। ਨਸਲ ਕੀ ਜਿਹੜੇ ਗੁਰ ਸਾਹਿਬ ਦੀ? ਜਰਸੀ ਬ੍ਰਾਂਡ ਮਾਸ਼ਾਅੱਲਾ ਜੀ। ਦੁੱਧ 12 ਕਿਲੋ ਸੁਬਾ ਪਹਿਲਾਂ ਹੈ ਵੀ ਚੋਗੀ ਮਾਸ਼ਾਅੱਲਾ ਜੀ, ਨੰਬਰ 5 ਤੇ ਚੈੱਕ ਕਰਾਈਏ, ਤੇ ਇਨਸੈਮੀਨੇਟ ਵੀ ਹੋ ਗਈ, ਸਿਮਨ ਨੂੰ ਰਹਾ ਕੀਤਾ, ਕੱਲ ਦਾ ਰਹਾਇਆ ਸਿਮਨ, ਪਰਸੋਂ ਦਾ ਪਰਸੋਂ ਦਾ ਇਹ ਵੇਖੋ ਸੌ ਸੀਲ
ਦਿਹਾੜੀ ਦਸ ਸਾਰੀ ਭਾਵੇਂ ਥੱਲੇ ਪਵੋ ਨਹਿਰ ਠੀਕ ਦੀਆਂ ਕਿਦੋਂ ਪਹਾੜਾ ਪਾਉਣ ਦੀ ਵੀ ਕੋਈ ਜ਼ਰੂਰਤ ਨਹੀਂ ਹੈ ਬਗੈਰ ਵੰਗੇ ਤੋਂ ਪਹਾੜੇ ਤੋਂ ਭਾਵੇਂ ਦਸ ਸਾਰੀ ਬਹਿ ਕੇ ਚੋਵੋ ਇੰਜ ਸੌ ਸੀਲ ਤੇ ਦੁੱਧ ਵੀ ਮਾਲਕ ਦਾ ਹੁਕਮ ਨਾਲ ਚਿੱਟਾ ਹੋਏਗਾ ਜ਼ਿੰਦਾਬਾਦ ਵੇਖੋ ਹਾਂ ਕਿੱਥੋਂ ਲੱਭਣੀ ਚੋਈ ਵੀ ਸੋਹਣੀ ਮੋਟੀ ਮਾਸ਼ਾਅੱਲਾ ਜੀ ਠੀਕ ਭੋਲਾ ਸਾਹਿਬ ਲਿਆਓ ਜੀ ਕੀ ਰੇਟ ਹੋ ਗਿਆ ਸਾਹਿਬ ਦਾ ਬੜੀ ਕੀਮਤੀ ਵੱਛੀ ਏ ਤੇ ਵੱਛੀ ਅੱਲਾ ਦੇ ਫਜ਼ਲ ਜਿੱਦਣ ਵੰਨ ਲੱਗੀ ਉਦਣ ਫੇਰ 8-9 ਲੱਖ ਦੀ ਹੋਈ ਏ ਇਨਸ਼ਾਅੱਲਾ ਮਜ਼ੀਦ ਹੈ ਕੋਈ ਜਾਨਵਰ ਹੋਰ ਕੀ ਬਸ ਆਈ ਨੇ ਛੇਵੀਂ ਆਸੀ ਸੇਲ ਹੋ ਗਈ ਮਜ਼ੀਦ ਕੋ ਦੋਸਤਾਂ ਵਾਸਤੇ ਪੈਗਾਮ ਗਲਤੀ ਕਿਤਾਈ ਹੋ ਦੀ ਮਾਦਰ ਚਾਹਨੇ ਆ ਇੰਨੇ ਜੀ ਦੋਸਤਾਂ ਕੋ ਇਜਾਜ਼ਤ ਚਾਹਨੇ ਆ ਓਕੇ ਅੱਲਾ ਹਾਫਿਜ਼